ਲਓ ਵੀ ਪਿਆਰੇ ਦੋਸਤੋ, ਕੈਨਵਸ ਦੀ ਟੀਮ ਨੇ ਅੱਜ ਗੱਡੀ ਪਾ ਲਈ ਆ ਮਲਸੀਆਂ ਵੱਲ ਨੂੰ। ਨਕੋਦਰ ਤੋਂ ਉਰੇ ਉਰੇ ਹੁੰਦੇ ਹੋਏ ਮਲਸੀਆਂ ਰੋਡ 'ਤੇ ਪੈ ਗਏ ਹਾਂ ਅਸੀਂ। ਹਲਕਾ ਹਲਕਾ ਮੀਂਹ ਪੈ ਰਿਹਾ, ਮੌਸਮ ਬਹੁਤ ਸ਼ਾਨਦਾਰ ਬਣਿਆ ਹੋਇਆ ਆ। ਅਤੇ ਹੁਣ ਅਸੀਂ ਸੀਚੇਵਾਲ ਦੀ ਜਿਹੜੀ ਧਰਤੀ ਆ ਉਹਨੂੰ ਕ੍ਰੋਸ ਕਰਨ ਲੱਗੇ ਹਾਂ। ਅਤੇ ਇੱਥੋਂ ਹੁੰਦੇ ਹੋਏ ਨਿਹਾਲੂਵਾਲ ਨੂੰ ਲੰਘਦੇ ਹਾਂ, ਆਹ ਤਾਸ਼ਪੁਰ ਦਾ ਜਿਹੜਾ ਮੋੜ ਆ ਉਹ ਆ ਗਿਆ ਆ। ਅਤੇ ਇਹ ਹੈ ਜੀ ਲੋਈਆਂ ਖਾਸ, 10 ਤੋਂ 12 ਹਜ਼ਾਰ ਦੀ ਆਬਾਦੀ ਵਾਲਾ ਇਹ ਕਸਬਾ ਆ। ਇੱਥੇ ਹੈ ਜੀ ਲੋਈਆਂ ਟੀ ਪੁਆਇੰਟ, ਉੱਤੋਂ ਖੱਬੇ ਹੱਥ ਮੁੜਦਿਆਂ ਸਾਰ ਹੀ ਨਾਲ ਹੀ ਦਾਣਾ ਮੰਡੀ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਮੌਜੂਦ ਹੈ ਮਾਈ ਕੈਫੇ। ਇਹ ਇੱਕ ਕੈਫੇ ਵੀ ਆ ਅਤੇ ਨਾਲ ਹੀ ਰੈਸਤਰਾਂ ਵੀ, ਅਤੇ ਬਹੁਤ ਹੀ ਸਾਫ਼ ਸੁਥਰੀ ਅਤੇ ਵਧੀਆ ਇਹ ਜਗ੍ਹਾ ਆ। ਅਤੇ ਹੋਰ ਕੀ ਆ, ਆ ਜਾਓ ਵੇਖ। ਜਾਨੀ ਮੈਨੂੰ ਕਹਿੰਦਾ ਸਾਰੇ ਕਿਵੇਂ ਬਣਾਇਆ ਆ, ਕੌਣ ਆ? ਮੈਂ ਇਹਨੂੰ ਦੱਸਦਾ ਸੀ, ਮੈਂ ਕਿਹਾ ਵੀ ਜਗਰੂਪ ਸਿੰਘ ਭਾਅ ਜੀ ਹੁਣਾਂ ਨੇ ਇਹਨੂੰ ਸ਼ੁਰੂ ਕੀਤਾ ਸੀ। ਭਾਅ ਜੀ ਜਿਹੜੇ ਜਗਰੂਪ ਆ ਉਹ ਚੰਡੀਗੜ੍ਹੋਂ ਪੜ੍ਹੇ ਆ। ਛੋਟੇ ਟਾਊਨ 'ਚ ਜਿੱਦਾਂ ਹੁਣ ਮੇਰਾ ਮਕਸਦ ਇਹ ਹੁੰਦਾ ਐਕਚੁਲੀ ਲਿਆਉਣ ਦਾ, ਕਿ ਜਿੱਦਾਂ ਆਪਾਂ ਵਧੀਆ ਥਾਂ 'ਤੇ ਜਦੋਂ ਆਏ ਹਾਂ ਤਾਂ ਉਹ ਚੀਜ਼ ਸ਼ੁਰੂ ਕਿੱਦਾਂ ਹੋਈ, ਕਿਹੜੀ ਚੀਜ਼ ਆ ਜਿਹਨੇ ਉਹਨੂੰ ਇੰਸਪਾਇਰ ਕੀਤਾ? ਹੁਣ ਆਹ ਦੇਖ ਲਓ ਆਪਣੇ ਪਿੱਛੇ ਕਿੰਨੀ ਵਧੀਆ ਲੋਕੇਸ਼ਨ ਆ, ਮੁੰਡਿਆਂ ਨੇ ਕਿੰਨਾ ਵਧੀਆ ਲੋਕੇਸ਼ਨ ਕਰਕੇ ਆ ਦੇਖੋ ਕਿੱਦਾਂ ਮੇਨਟੇਨ ਕੀਤਾ ਹੋਇਆ ਆ। ਫਿਰ ਕਿੱਥੋਂ ਬੰਦਿਆਂ ਨੇ ਆਈਡੀਆ ਲਿਆ ਕੇ ਆ ਸਾਰੀ ਜਗ੍ਹਾ ਇਸ ਤਰ੍ਹਾਂ ਬੈਠਣ ਨੂੰ ਬਣਾ ਦਿੱਤੀ ਕਿ ਤੁਸੀਂ ਅਗਰ 10-15 ਦੋਸਤ ਆ ਵੀ ਜਾਵੋ ਤਾਂ ਇੱਕ ਵਧੀਆ ਸਿਟਿੰਗ ਦੇ ਲਈ ਥਾਂ ਬਣੀ ਹੋਈ ਆ। ਔਰ ਇੱਥੇ ਇੱਦਾਂ ਦਾ ਮਾਹੌਲ ਨਹੀਂ, ਵੈਸੇ ਮੈਂ ਦੱਸ ਦਵਾਂ ਵੀ ਇੱਦਾਂ ਨਹੀਂ ਹੈਗਾ ਵੀ ਤੁਸੀਂ ਪਰਿਵਾਰ ਨਾਲ ਨਹੀਂ ਆ ਸਕਦੇ, ਤੁਸੀਂ ਪਰਿਵਾਰ ਨਾਲ ਆ ਸਕਦੇ ਆ। ਥੱਲੇ ਜਿਹੜਾ ਮੈਂ ਤੁਹਾਨੂੰ ਹਾਲ ਦਿਖਾਇਆ ਉਹ ਫੈਮਿਲੀ ਹਾਲ ਆ, ਤੋ ਫੈਮਿਲੀ ਦੇ ਨਾਲ ਤੁਸੀਂ ਪਰਿਵਾਰ ਦੇ ਨਾਲ ਬੱਚਿਆਂ ਨੂੰ ਲਿਆ ਸਕਦੇ ਆ। ਸੋ ਇਹ ਚੀਜ਼ ਹੁੰਦੀ ਆ। ਔਰ ਇਹੋ ਜਿਹੇ ਲੋਕਾਂ ਦੀ ਜਦੋਂ ਕੰਮ ਸ਼ੁਰੂ ਕਰਦੇ ਆ ਕਾਮਯਾਬ ਹੁੰਦੇ ਆ ਨਾ, ਐਕਚੁਲੀ ਉਹਨਾਂ ਨੂੰ ਦੇਖ ਕੇ ਨਵੀਂ ਜਿਹੜੀ ਯੂਥ ਆ ਉਹ ਇੰਸਪਾਇਰ ਹੁੰਦੀ ਆ। ਜਿੱਦਾਂ ਹੁਣ ਜਗਰੂਪ ਭਾਅ ਜੀ ਹੈਗੇ, ਆਪਸ਼ਨ ਤਾਂ ਹੈਗੀ ਆ ਬੰਦੇ ਕੋਲ, ਬੰਦਾ ਬਾਹਰ ਵੀ ਤਾਂ ਜਾ ਹੀ ਸਕਦਾ ਸੀ, ਬੰਦਾ ਚੰਡੀਗੜ੍ਹੋਂ ਪੜ੍ਹਿਆ ਆ ਫਿਰ ਉਹ ਬੰਦਾ ਕਿਸੇ ਵੱਡੇ ਸ਼ਹਿਰ 'ਚ ਕਾਰੋਬਾਰ ਸ਼ੁਰੂ ਕਰਦਾ, ਗੱਲ ਇਹ ਹੁੰਦੀ ਆ। ਪਰ ਉਹਨਾਂ ਨੇ ਓਪਟ ਕੀਤਾ ਕਿ ਜਿੱਥੇ ਅਸੀਂ ਰਹਿੰਦੇ ਹਾਂ ਲੋਈਆਂ 'ਚ ਉੱਥੇ ਕਾਰੋਬਾਰ ਜ਼ਰੂਰ ਕਰਨਾ। ਤੋ ਜਦੋਂ ਇੱਦਾਂ ਨਾ ਕਾਰੋਬਾਰ ਸ਼ੁਰੂ ਹੁੰਦੇ ਆ ਤਾਂ ਉਹਦੇ ਨਾਲ ਤਰੱਕੀ ਹੁੰਦੀ ਆ ਆਪਣੇ ਟਾਊਨ ਦੀ, ਲੋਕ ਇਹਦੇ ਨਾਲ ਜੁੜਦੇ ਆ। ਭਾਈ ਨੇ ਆਪਣਾ ਹੋਮ ਟਾਊਨ ਨਹੀਂ ਛੱਡਿਆ, ਇੱਥੇ ਰਹਿ ਕੇ ਕੁਛ ਕੀਤਾ। ਹਾਂ, ਉਹਨਾਂ ਨੇ ਹੋਮ ਟਾਊਨ ਨਹੀਂ ਛੱਡਿਆ। ਭਾਅ ਜੀ ਅੱਜ ਗਏ ਹੋਏ ਸੀਗੇ ਕਿਤੇ, ਆਉਂਦੇ ਪਏ ਆ, ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ, ਜਦੋਂ ਆ ਗਏ ਫਿਰ ਤੁਹਾਡੇ ਨਾਲ ਮਿਲਾਉਂਦੇ ਹਾਂ ਤੁਹਾਨੂੰ। ਫਿਰ ਲੋਈਆਂ ਬੈਠੇ ਹੋਏ ਹਾਂ ਅੱਜ, ਅਤੇ ਮੇਰੇ ਨਾਲ ਜਗਰੂਪ ਸਿੰਘ ਭਾਅ ਜੀ ਹੁਣੀ ਨੇ, ਜਿਨ੍ਹਾਂ ਦਾ ਇੱਕ ਸਾਰਾ ਆਈਡੀਆ ਸੀ। ਮੈਂ ਜਗਰੂਪ ਸਿੰਘ ਭਾਅ ਜੀ ਉਹਨਾਂ ਨਾਲ ਕੁਛ ਗੱਲਾਂ ਬਾਤਾਂ ਆਪਾਂ ਕਰਨੀਆਂ ਆ। ਪੰਜਾਬ ਦੀ ਆਬੋ ਹਵਾ ਹੀ ਇੱਦਾਂ ਦੀ ਹੋ ਗਈ, ਜਿਹੜਾ ਜਵਾਕ ਉੱਠਦਾ ਆ ਉਹ ਕਹਿੰਦਾ ਆ ਵੀ ਆਪਾਂ ਪਲੱਸ ਟੂ ਕੀਤੀ ਅਤੇ ਸਿੱਧੀ ਆਈਲੈਂਡਸ 'ਤੇ ਜਹਾਜ਼ੇ ਚੜ੍ਹ ਜਾਈਏ, ਬਸ ਰਹਿ ਕੇ ਕੋਈ ਤਿਆਰ ਨਹੀਂ। ਤੁਸੀਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਪੜ੍ਹੇ ਆ, ਤੁਹਾਡਾ ਮਨ ਕਿੱਥੋਂ ਆਈਡੀਆ ਆ ਤੁਹਾਨੂੰ ਵੀ ਆਪਾਂ ਮੈਂ ਆਪਣੇ ਹੋਮ ਟਾਊਨ ਦੇ ਵਿੱਚ ਇੱਕ ਕੈਫੇ ਇੱਕ ਰੈਸਟੋਰੈਂਟ ਖੋਲ੍ਹਾਂ? ਕੋਹਲੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਐਂ ਆਖਦਾ, ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਛੋਟੇ ਜਿਹੇ ਟਾਊਨ 'ਤੇ ਸਾਡੇ ਕੈਫੇ ਨੂੰ ਸ਼ੂਟ ਕਰਨ ਆਏ ਹੋ। ਥੈਂਕ ਯੂ ਭਾਅ ਜੀ। ਬਾਕੀ ਯੂਥ ਦੀ ਤਰ੍ਹਾਂ ਮੈਂ ਵੀ 2 ਸਾਲ ਬਾਹਰ ਕੰਮ ਕੀਤਾ ਹੋਇਆ, ਮੈਂ ਸਿੰਗਾਪੁਰ ਰਿਹਾ 2 ਸਾਲ। ਅੱਛਾ ਜੀ। ਬਟ ਕਦੀ ਵੀ ਮੇਰਾ ਇਹ ਮਕਸਦ ਜਾਂ ਮੇਰਾ ਕਦੀ ਪਲੈਨ ਸੀਗਾ ਹੀ ਨਹੀਂ ਬਾਹਰ ਰਹਿਣ ਦਾ, ਮੈਂ ਹਮੇਸ਼ਾ ਤੋਂ ਇੱਥੇ ਹੀ ਕੁਛ ਨਾ ਕੁਛ ਕਰਨਾ ਚਾਹਿਆ। ਸਾਡਾ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਬਿਜ਼ਨਸ ਦੇ ਵਿੱਚ ਇਨਵੋਲਵ ਆ, ਲੋਈਆਂ ਸ਼ਹਿਰ ਦੇ ਵਿੱਚ ਸਾਡੇ ਲੰਬੇ ਸਮੇਂ ਤੋਂ ਮੈਡੀਕਲ ਸਟੋਰ ਜਾਂ ਹੋਰ ਸਾਡੇ ਗਰੋਸਰੀ ਸਟੋਰ ਨੇ। ਪਰ ਪੜ੍ਹਨ ਦੇ ਦੌਰਾਨ ਮੇਰਾ ਇੱਕ ਪੈਸ਼ਨ ਜਾਂ ਮੇਰਾ ਇੱਕ ਸ਼ੌਕ ਕਹਿ ਲਓ ਕਿ ਮੈਨੂੰ ਬੜਾ ਅੱਛਾ ਲੱਗਦਾ ਸੀਗਾ ਕਿ ਮੈਂ ਖੁਦ ਖਾਣਾ ਬਣਾਵਾਂ, ਸਾਫ਼ ਸਫਾਈ ਰੱਖਾਂ। ਤੇ ਕੁਕਿੰਗ ਕਰਦੇ? ਹਾਂਜੀ ਹਾਂਜੀ ਹਾਂਜੀ, ਕੁਕਿੰਗ ਕਰ ਲੈਂਦੇ ਜੀ। ਬਿਲਕੁਲ ਬਿਲਕੁਲ। ਮੈਂ ਟ੍ਰੇਨਿੰਗ ਲਈ ਵੀ ਕਰਦਾ? ਟ੍ਰੇਨਿੰਗ ਮੈਂ ਪ੍ਰੋਫੈਸ਼ਨਲੀ ਤਾਂ ਟ੍ਰੇਨਿੰਗ ਕਿਤੇ ਨਹੀਂ ਲਈ, ਪਰ ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਥੋੜ੍ਹਾ ਨਿਖਾਰਦੇ ਗਏ, ਸਵਾਰਦੇ ਗਏ। ਅਤੇ ਸ਼ੌਂਕ ਕਦੋਂ ਪ੍ਰੋਫੈਸ਼ਨ ਦਾ ਰੂਪ ਇਹਨੇ ਧਾਰਨ ਕਰ ਲਿਆ ਬਸ ਪਤਾ ਹੀ ਨਹੀਂ ਲੱਗਿਆ। ਓ, ਸੋ ਤੁਹਾਨੂੰ ਲੱਗਿਆ ਕਿ ਮੈਂ ਆਪਣੇ ਹੋਮ ਟਾਊਨ 'ਚ ਹੀ ਮੈਂ ਕਿਤੇ ਨਾ ਕਿਤੇ ਰੁਕ ਕੇ? ਹਾਂਜੀ ਹਾਂਜੀ।
ਜਦੋਂ ਫਿਰ ਭਾਅ ਜੀ ਸ਼ੁਰੂ ਕੀਤਾ ਆ ਤੁਸੀਂ ਅਤੇ ਚੈਲੇਂਜਸ ਕੀ ਸੀਗੇ ਮੂਹਰੇ, ਔਖਿਆਈਆਂ ਜਾਂ ਔਕੜਾਂ ਕੀ ਸੀ? ਔਕੜਾਂ ਗੋਲਡੀ ਜੀ, ਔਕੜਾਂ ਤਾਂ ਜਦੋਂ ਵੀ ਤੁਸੀਂ ਕਿਸੇ ਨਵੇਂ ਆਈਡੀਆ ਨੂੰ ਇੰਪਲੀਮੈਂਟ ਕਰਨਾ ਹੁੰਦਾ, ਔਕੜਾਂ ਤਾਂ ਕਿਤੇ ਨਾ ਕਿਤੇ ਥੋੜ੍ਹੀਆਂ ਬਹੁਤ ਆਉਂਦੀਆਂ ਨੇ। ਹਾਂਜੀ, ਬਟ ਇੱਕ ਤਾਂ ਤੁਹਾਨੂੰ ਤੁਹਾਡਾ ਸੈਲਫ ਕੌਨਫੀਡੈਂਸ, ਔਰ ਦੂਸਰਾ ਜੋ ਕੰਮ ਤੁਸੀਂ ਕਰਨਾ ਚਾਹ ਰਹੇ ਹੋ ਉਹਦੇ ਬਾਰੇ ਤੁਹਾਡੀ ਬੜੀ ਡੂੰਘੀ ਸਮਝ ਔਰ ਉਹਦੀ ਜਾਣਕਾਰੀ ਹੋਣੀ ਚਾਹੀਦੀ ਤੁਹਾਨੂੰ। ਅਗਰ ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਤਾਂ ਮੇਰੇ ਖਿਆਲ 'ਚ ਔਕੜਾ ਜਿੰਨੀਆਂ ਮਰਜ਼ੀ ਵੀ ਆਉਣ ਕੋਈ ਜ਼ਿਆਦਾ ਠੀਕ ਹੈ, ਉਹ ਤੁਹਾਨੂੰ ਰੋਕ ਨਹੀਂ ਪਾਉਂਦੀਆਂ ਨੇ। ਜਿਹੜਾ ਤੁਸੀਂ ਇਹ ਗੱਲ ਕਹਿੰਦੇ ਆ ਕਿ ਮੈਂ ਅਪਲਾਈ ਕਰ ਲਿਆ ਉਸ ਚੀਜ਼ ਨੂੰ ਜਿਹੜਾ ਤੁਹਾਡਾ ਸ਼ੌਕ ਸੀਗਾ, ਪਰ ਦਿੱਕਤ ਇਹ ਹੁੰਦੀ ਹੈ ਕਿ ਆਪਾਂ ਜਦੋਂ ਹੁਣ ਵੱਡੇ ਲੈਵਲ 'ਤੇ ਕੰਮ ਕਰਨਾ ਆ, ਹੁਣ ਤੁਸੀਂ ਔਰ ਜਿਹੜੇ ਬਲਰਾਜ ਭਾਅ ਜੀ ਨੇ ਉਹ ਦੋਵੇਂ ਰਲ ਕੇ ਤਾਂ ਕੁਕਿੰਗ ਨਹੀਂ ਕਰ ਸਕਦੇ ਇਸ ਲੈਵਲ 'ਤੇ, ਤਾਂ ਤੁਹਾਨੂੰ ਸ਼ੈਫ ਅਤੇ ਕੁੱਕ ਕਿੱਦਾਂ ਲੱਭੇ, ਉਹ ਕਿੱਥੋਂ ਤੁਸੀਂ ਫਿਰ ਅਰੇਂਜ ਕਿੱਦਾਂ ਕੀਤਾ ਸਾਰਾ? ਦੇਖੋ ਗੋਲਡ ਜੀ, ਛੋਟੇ ਟਾਊਨ ਦੀਆਂ ਇਹ ਸਮੱਸਿਆਵਾਂ ਹੈਗੀਆਂ ਨੇ ਕਿ ਸਾਨੂੰ ਪ੍ਰੋਫੈਸ਼ਨਲ ਲੇਬਰ, ਸਕਿੱਲਡ ਲੇਬਰ ਲੱਭਣੀ ਬਹੁਤ ਔਖਿਆਈ ਵਾਲੀ ਗੱਲ ਆ। ਇਹਦੇ ਲਈ ਤੁਹਾਡਾ ਨੈੱਟਵਰਕ ਥੋੜ੍ਹਾ ਸਟਰੋਂਗ ਹੋਣਾ ਚਾਹੀਦਾ, ਤੁਸੀਂ ਆਪ ਬਾਹਰ ਅੰਦਰ। ਖੁਸ਼ਕਿਸਮਤੀ ਮੇਰੀ ਇਹ ਰਹੀ ਕਿ ਮੈਂ ਹਮੇਸ਼ਾ ਵੱਡੇ ਸ਼ਹਿਰਾਂ ਦੇ ਨਾਲ ਇਨ ਟੱਚ ਰਿਹਾ, ਚਾਹੇ ਉਹ ਦਿੱਲੀ ਸੀ ਚਾਹੇ ਉਹ ਚੰਡੀਗੜ੍ਹ ਸੀ, ਤਾਂ ਕੋਈ ਨਾ ਕੋਈ ਮੇਰੇ ਦੋਸਤ ਜਾਂ ਕੋਈ ਇੰਸਟੀਚਿਊਟ ਵਾਲੇ ਜਾਂ ਕਿਤੇ ਨਾ ਕਿਤੇ ਮੈਨੂੰ ਇੱਦਾਂ ਦਾ ਮੇਰਾ ਸਰਕਲ ਬਣ ਗਿਆ, ਇੱਦਾਂ ਦੇ ਬੰਦੇ ਮੈਨੂੰ ਮਿਲਦੇ ਗਏ ਕਿ ਅੱਗੇ ਦੀ ਅੱਗੇ ਉਹਨਾਂ ਦੇ ਕੰਟੈਕਟ ਦੇ ਥਰੂ ਮੈਨੂੰ ਮੇਰਾ ਸਟਾਫ ਪ੍ਰੋਵਾਈਡ ਹੋ ਗਿਆ। ਜਿਹੜੇ ਬ੍ਰੈਂਡਡ ਫਰੈਂਚਾਈਜ਼ੀਜ਼, ਬ੍ਰੈਂਡਡ ਕੰਪਨੀਜ਼, ਉਹ ਪੂਰਾ ਸਾਲ ਇੱਕੋ ਜਿਹੀ ਕੁਆਲਿਟੀ ਦਿੰਦੇ ਆ, ਉਹਨਾਂ ਨੂੰ ਪਤਾ ਹਰੇਕ ਜਗ੍ਹਾ ਇੱਕੋ ਹੀ ਕੁਆਲਿਟੀ ਰਹਿਣੀ ਆ। ਪਰ ਜਦੋਂ ਤੁਹਾਡੇ ਕੋਲ ਲੋਕ ਆਉਂਦੇ ਆ ਤਾਂ ਤੁਸੀਂ ਜਿਹੜਾ ਹੈਗਾ ਉਹ ਇੱਕੋ ਤਰ੍ਹਾਂ ਦੀ ਕੁਆਲਿਟੀ ਦੇ ਪਾਉਂਦੇ, ਜਾਂ ਤੁਸੀਂ ਤੁਹਾਡੇ ਲਈ ਇਹ ਕਿੰਨਾ ਕੁ ਔਖਾ ਆ ਵੀ ਅਸੀਂ ਇੱਕੋ ਤਰ੍ਹਾਂ ਦੀ ਕੁਆਲਿਟੀ ਦੇ ਸਕੀਏ ਕਿਸੇ ਵੀ ਚੀਜ਼? ਗੋਲਡੀ ਜੀ, ਤੁਸੀਂ ਬੜਾ ਅੱਛਾ ਸਵਾਲ ਕੀਤਾ, ਔਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਕੁਆਲਿਟੀ ਸ਼ਬਦ ਕਹਿਣਾ ਬੜਾ ਸੌਖਾ। ਅਸੀਂ ਉਹੀ ਚੀਜ਼ ਕਸਟਮਰ ਨੂੰ ਦਿੰਦੇ ਹਾਂ ਜਿਹਦੀ ਅਵੇਲੇਬਿਲਟੀ ਸੀਜ਼ਨਲ ਹੈਗੀ ਆ, ਨਹੀਂ ਤਾਂ ਅਸੀਂ ਔਡਰ ਕੈਂਸਲ ਕਰ ਦਿੰਦੇ ਹਾਂ। ਖਾਣਾ ਇੱਕ ਇੱਦਾਂ ਦੀ ਚੀਜ਼ ਆ, ਇਹ ਜਿੰਨਾ ਸਾਦਾ ਅਤੇ ਜਿੰਨਾ ਤਾਜ਼ਾ ਹੋਵੇ ਜੀ ਉਹ ਹਮੇਸ਼ਾ ਵਧੀਆ ਹੀ ਲੱਗਦਾ। ਅੱਜ ਕੱਲ੍ਹ ਜੰਕ ਫੂਡ ਦਾ ਜ਼ਮਾਨਾ ਆ, ਅਸੀਂ ਵੀ ਦਿੰਦੇ ਹਾਂ ਪਰ ਅਸੀਂ ਬਹੁਤ ਕੋਸ਼ਿਸ਼ ਕਰੀਦੀ ਕਿ ਅਸੀਂ ਘੱਟ ਤੋਂ ਘੱਟ ਇਹਨੂੰ ਦਈਏ। ਅਸੀਂ ਹਰ ਮੈਰੀਨੇਸ਼ਨ ਹਰ ਚੀਜ਼ ਅਸੀਂ ਤਾਜ਼ੀ ਅਤੇ ਜੋ ਸਾਨੂੰ ਈਜ਼ੀਲੀ ਅਵੇਲੇਬਲ ਹੋਵੇ। ਅਸੀਂ ਇਹ ਨਹੀਂ ਕਿ ਅਸੀਂ ਬੜੀ ਦੂਰੋਂ ਦੂਰੋਂ ਚੀਜ਼ਾਂ ਲੈ ਕੇ ਆਉਂਦੇ, ਬਸ ਸਾਡਾ ਸੌਖਾ ਜਿਹਾ ਔਰ ਬੜਾ ਇੱਕ ਈਜ਼ੀ ਵੇ ਹੈਗਾ ਫੂਡ ਨੂੰ ਸਰਵ ਕਰਨ ਦਾ ਕਿ ਅਸੀਂ ਬਿਲਕੁਲ ਫਰੈਸ਼ ਔਰ ਤਾਜ਼ਾ ਖਾਣਾ ਦਿੰਦੇ ਹਾਂ ਔਰ ਬਿਲਕੁਲ ਸਾਦਗੀ ਦੇ ਨਾਲ। ਹਾਂਜੀ ਵੀਰੋ, ਤੁਸੀਂ ਕਿੱਦਾਂ ਆਉਂਦੇ ਰਹਿੰਦੇ ਹਾਂ ਜੀ ਇੱਥੇ? ਠੀਕ ਹੈ ਜੀ, ਅਤੇ ਜ਼ਿਆਦਾਤਰ ਕੀ ਖਾਣ ਆਉਂਦੇ ਹੋ? ਫਾਸਟ ਫੂਡ ਹੀ ਖਾਈਦਾ ਜੀ। ਜ਼ਿਆਦਾਤਰ ਫਾਸਟ ਫੂਡ ਖਾਂਦੇ ਹੋ? ਠੀਕ ਹੈ, ਕਿੱਦਾਂ ਦਾ ਬਣਾਉਂਦੇ ਆ? ਸਵਾਦ ਪੂਰਾ। ਜਿੱਦਾਂ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਵੀ ਖਾਧਾ ਹੋਊਗਾ, ਟੱਕਰ ਦਿੰਦੇ ਆ ਜਾਂ ਨਹੀਂ ਦਿੰਦੇ? ਟੱਕਰ ਦਿੰਦੇ ਆ, ਟੱਕਰ ਪੂਰੀ। ਤੁਸੀਂ ਨਾ ਤਿੰਨ ਗੱਲਾਂ ਮੈਨੂੰ ਦੱਸਣੀਆਂ ਆ ਜਿਹੜੀਆਂ ਤੁਹਾਨੂੰ ਇੱਥੇ ਖਿੱਚ ਕੇ ਲਿਆਉਣੀਆਂ। ਲੋਹੀਆਂ ਔਰ ਸੁਲਤਾਨਪੁਰ 'ਚ ਇੱਦਾਂ ਦੀ ਸਿਟਿੰਗ ਕਿਤੇ ਨਹੀਂ ਗੀ। ਦੋ ਹੋਰ ਜੀ,
ਪ੍ਰਾਈਸ ਠੀਕ ਨੇ ਨਾ ਫਾਸਟ ਫੂਡ ਆਈਟਮਸ ਜਿਹੜੀਆਂ ਸਭ ਤੋਂ ਵੱਧ ਤੁਹਾਨੂੰ ਇੱਥੇ ਦੀਆਂ ਪਸੰਦ ਆ ਦੇਖੋ ਇਹ ਪਹਿਲੇ ਆਉਂਦੇ ਆ ਨਾਚੋਸ ਨਾਚੋਸ ਚੀਜ਼ ਬਰਗਰ ਚੀਜ਼ ਬਰਗਰ ਤੇ ਪੀਜ਼ਾ 2017 'ਚ ਸ਼ੁਰੂ ਕਰਕੇ ਅੱਜ ਤੱਕ ਤੁਸੀਂ ਹੌਲੀ ਹੌਲੀ ਇਹਨੂੰ ਖੜਾ ਕੀਤਾ ਹੈ ਕੈਫੇ ਕਿੰਨੇ ਕੁ ਪਿੰਡਾਂ ਦੇ ਲੋਕ ਤੁਹਾਡੇ ਕੋਲ ਆ ਜਾਂਦੇ ਆਲੇ ਦੁਆਲੇ ਦੇ ਕਿੰਨੇ ਕੁ ਲੋਕ ਤੁਹਾਡੇ ਕੋਲ ਆਉਂਦੇ ਆ ਗਾਹਕੀ ਕਿੰਨੀ ਕੁ ਆਪਣੀ ਜਿੱਦਾਂ ਦੇਸੀ ਭਾਸ਼ਾ 'ਚ ਕਹੀਏ ਤਾਂ ਗੋਲਡੀ ਜੀ ਆਲਾ ਦੁਆਲਾ ਤਾਂ ਇੱਕ ਮੋਟਾ ਮੋਟਾ ਅੰਦਾਜ਼ਾ ਹੈ ਕਿ 70 to 75 ਪਿੰਡ ਅੱਛਾ ਜੀ ਲੋਹੀਆਂ ਨੂੰ ਖੈਂਦੇ ਨੇ ਅੱਛਾ ਜੀ ਅਤੇ ਲੋਹੀਆਂ ਸੁਲਤਾਨਪੁਰ ਔਰ ਕਪੂਰਥਲੇ ਤੱਕ ਤੋਂ ਮਤਲਬ 25 to 30 ਕਿਲੋਮੀਟਰ ਦੇ ਦਾਇਰੇ ਨੂੰ ਅਸੀਂ ਕਵਰ ਕਰਦੇ ਹਾਂ ਬਾਕੀ ਤੁਸੀਂ ਮੇਰੇ ਤੋਂ ਜ਼ਿਆਦਾ ਤੁਸੀਂ ਲੋਕਾਂ ਤੋਂ ਪੁੱਛੋ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ ਆਪਣੇ ਆਪਣੇ ਮੂੰਹੋਂ ਆਪਣੀ ਤਾਰੀਫ ਕਰਨੀ ਕੋਈ ਮੈਂ ਪੁੱਛਿਆ ਲੋਕਾਂ ਤੋਂ ਵਧੀਆ ਨਹੀਂ ਹੁੰਦੀ ਸੈਟੀਸਫਾਈਡ ਕਸਟਮਰ ਭਾਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਿਆਂ ਤੁਹਾਡੀ ਜਿਹੜੀ ਰੇਂਜ ਆ ਉਹ 25 ਕਿਲੋਮੀਟਰ ਨਹੀਂ ਗੀ 45 ਕਿਲੋਮੀਟਰ ਤੋਂ ਤਾਂ ਅਸੀਂ ਆ ਗਏ ਉਹ ਇਸੇ ਲਈ ਕਵਰ ਕਰਨਾ ਆ ਵੀ ਭਾਅ ਜੀ ਉਹਨੀ ਕੁਆਲਿਟੀ ਦਿੰਦੇ ਆ ਸੋ ਇਹ ਫਸਟ ਵਲੋਗ ਸੀ ਕਿਸੇ ਖਾਣ ਪੀਣ ਵਾਲੀ ਜਗ੍ਹਾ ਦੇ ਉੱਤੇ ਅਸੀਂ ਜਿੱਥੇ ਆਏ ਹਾਂ ਵੀ ਦਿਖਾਉਣੀ ਹੁੰਦੀ ਵੀ ਯਾਰ ਕੋਈ ਵਧੀਆ ਥਾਂ ਹੋਵੇ ਜਿੱਥੇ ਆਪਾਂ ਬਹਿ ਕੇ ਖਾ ਪੀ ਸਕਦੇ ਹਾਂ ਕੁਛ ਸੋ 45 ਕਿਲੋਮੀਟਰ ਤੋਂ ਭਾਅ ਜੀ ਅਸੀਂ ਆਏ ਬਾਕੀ ਇੱਕ ਇੱਥੇ ਵੀਰਾਂ ਨਾਲ ਬੈਠਿਆਂ ਨਾਲ ਗੱਲ ਹੋਈ ਸਾਡੀ ਜਿਹਨਾਂ ਨਾਲ ਆਪਾਂ ਗੱਲਬਾਤ ਕਰਦੇ ਸੀ ਉਹ ਨੂਰ ਮਹਿਲ ਤੋਂ ਆਏ ਸੀਗੇ ਜੀ ਉਸ ਤੋਂ ਵੀ ਦੂਰੋਂ ਆਏ ਸੋ ਕਾਫੀ ਰੇਂਜ ਆ ਭਾਅ ਜੀ ਤੁਸੀਂ ਕਵਰ ਕਰ ਰਹੇ ਬੜੀ ਵਧੀਆ ਰੇਂਜ ਆ ਭਵਿੱਖ ਲਈ ਸ਼ੁਭਕਾਮਨਾ ਧੰਨਵਾਦ ਜੀ ਗੋਲਡੀ ਜੀ ਮੈਂ ਤੁਹਾਡਾ ਇੱਥੇ ਆਉਣ 'ਤੇ ਦੁਬਾਰਾ ਥੈਂਕਸ ਕਹਿੰਦਾ ਕਿ ਤੁਸੀਂ ਸਾਨੂੰ ਕਵਰ ਕੀਤਾ ਥੈਂਕ ਯੂ ਔਰ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਉਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹ ਭਾਅ ਜੀ ਹੁਣੀ ਬੜੀਆਂ ਇੰਸਪੀਰੇਸ਼ਨਲ ਵੀਡੀਓਜ਼ ਬਣਾਉਂਦੇ ਨੇ ਬੜੀਆਂ ਅੱਛੀਆਂ ਅੱਛੀਆਂ ਜਗ੍ਹਾ 'ਤੇ ਜਾਂਦੇ ਨੇ ਤਾਂ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕੈਨਵਸ ਸਪੇਸ ਗੋਲਡੀ ਦੇ ਨਾਮ 'ਤੇ ਇਹਨਾਂ ਦਾ ਚੈਨਲ ਹੈ ਉਹਨਾਂ ਨੂੰ ਲਾਈਕ ਸਬਸਕ੍ਰਾਈਬ ਅਤੇ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੇ ਚੈਨਲ ਨੂੰ ਸ਼ੇਅਰ ਕਰੋ ਤਾਂ ਕਿ ਬਹੁਤ ਸਾਰੇ ਲੋਕ ਉਹ ਇੰਸਪੀਰੇਸ਼ਨਲ ਵੀਡੀਓਜ਼ ਨੂੰ ਦੇਖ ਸਕਣ ਜੋ ਸ਼ਾਇਦ ਉਹ ਟੈਲੈਂਟ ਜੋ ਸਾਡੇ ਪਿੰਡਾਂ ਜਾਂ ਥਾਵਾਂ 'ਤੇ ਹਿਡਨ ਆ ਲੁਕਿਆ ਹੋਇਆ ਉਹ ਲੋਕਾਂ ਦੇ ਸਾਹਮਣੇ ਆ ਸਕੇ ਔਰ ਇਹਨਾਂ ਦੀਆਂ ਵੀਡੀਓਜ਼ ਦੂਸਰਿਆਂ ਲਈ ਇੰਸਪੀਰੇਸ਼ਨ ਬਣ ਸਕਣ ਥੈਂਕਸ ਭਾਅ ਜੀ ਮਿਹਰਬਾਨੀ ਸੋ ਸਾਰੇ ਹੀ ਭੈਣਾਂ ਨੂੰ ਵੀਰਾਂ ਨੂੰ ਸਾਥੀਆਂ ਦੋਸਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਕਦੇ ਤੁਸੀਂ ਜ਼ੀਰਾ ਮਖੂ ਫਿਰੋਜ਼ਪੁਰ ਫਾਜ਼ਿਲਕਾ ਵਗੈਰਾ ਨੂੰ ਜਾਓ ਨਾ ਜਾਂ ਫਿਰ ਕਦੇ ਜ਼ੀਰਾ ਮਖੂ ਵਾਲੀ ਸਾਈਡ ਤੋਂ ਜਲੰਧਰ ਨਕੋਦਰ ਕਪੂਰਥਲੇ ਜਾਂ ਸੁਲਤਾਨਪੁਰ ਲੋਧੀ ਆਉਂਦੇ ਹਾਂ ਅਤੇ ਲੋਹੀਆਂ ਜ਼ਰੂਰ ਰੁਕਿਓ ਟੀ ਪੁਆਇੰਟ ਆ ਉੱਥੇ ਬਿਲਕੁਲ ਟੀ ਪੁਆਇੰਟ 'ਤੇ ਦਾਣਾ ਮੰਡੀ ਆ ਅਤੇ ਦਾਣਾ ਮੰਡੀ ਦੇ ਬਿਲਕੁਲ ਓਪੋਜ਼ਿਟ ਆ ਸਾਡੇ ਭਾਅ ਜੀ ਜਗਰੂਪ ਸਿੰਘ ਜੀ ਔਰ ਬਲਰਾਜ ਵੰਤ ਸਿੰਘ ਵੀਰੇ ਹੁਣਾਂ ਦਾ ਮਾਈ ਕੈਫੇ ਤੁਸੀਂ ਕੌਫੀ ਪੀ ਕੇ ਦੇਖਿਓ ਜੀ ਨਜ਼ਾਰਾ ਆਜੂਗਾ ਭਾਅ ਜੀ ਪੂਰਾ ਆਇਆ ਨਾ ਜੀ ਹੈ ਨਾ ਔਰ ਰੋਟੀ ਵੀ ਇਹ ਬਹੁਤ ਬਾਕਮਾਲ ਬਣਾਉਂਦੇ ਆ ਉੱਪਰ ਰੈਸਟੋਰਾਂ ਆ ਔਰ ਰੈਸਤਰਾਂ ਜਿਹੜਾ ਆ ਉਹ ਬਹੁਤ ਬਾਕਮਾਲ ਆ ਔਰ ਤੁਸੀਂ ਡੈਫੀਨੇਟਲੀ ਪਸੰਦ ਕਰੋਗੇ ਬਹੁਤ ਸਾਫ਼ ਸੁਥਰੀ ਬੜੀ ਹੀ ਪਿਆਰੀ ਜਗ੍ਹਾ ਆ ਸੋ ਧੰਨਵਾਦ ਪਿਆਰੇ ਸਾਥੀਓ ਥੈਂਕ ਯੂ